ਤੇ ਦਰਖਤ ਕਦੋਂ ਹੈ? ਦਰਖਤ ਉਹ ਤੋਂ ਹੈ ਜਦੋਂ ਧਰਤ ਮਾਂ ਉਪਜਾਊ ਹੈ। ਤੇ ਧਰਤ ਮਾਂ ਉਪਜਾਊ ਕਦੋਂ ਹੈ? ਜੇ ਧਰਤ ਮਾਂ ਦੇ ਕੋਲ ਪਾਣੀ ਨਹੀਂ ਹੈਗਾ ਫਿਰ ਉਪਜਾਊ ਨਹੀਂ, ਫਿਰ ਬੰਜਰ ਹੈ। ਜੇ ਧਰਤ ਮਾਂ ਕੋਲ ਪਾਣੀ ਹੈਗਾ ਤਾਂ ਸਾਡਾ ਪਾਣੀ ਸਾਡਾ ਹੱਕ ਗੱਲ ਇੱਥੇ ਟੁੱਟੀ ਹੈ ਨਾ। ਗੁਰੂਆਂ ਦਾ ਪਵਿੱਤਰ ਫਰਮਾਨ, ਪਵਨ ਨੂੰ ਗੁਰੂ ਦਾ ਦਰਜਾ ਦੇਤਾ, ਪਾਣੀ ਨੂੰ ਬਾਪ ਦਾ ਦਰਜਾ ਦੇਤਾ, ਤੇ ਧਰਤ ਮਾਂ ਸਾਡਾ ਪਾਣੀ ਸਾਡਾ ਹੱਕ ਮਹਿੰਦੇ। ਤੁਸੀਂ ਦੋਸਤੋ ਇਕੱਠੇ ਹੋਏ ਹੋ, ਮੈਂ ਰਹਿਣੀ ਹੈ। ਧਰਤ ਤੇ ਪਾਣੀ ਤੇ ਭੁੱਖ ਤੇ ਧੀ, ਭੁੱਖ ਤੇ ਧੀ, ਧਰਤ ਤੇ ਪਾਣੀ ਤੇ ਦੋਨੋਂ ਮੁੱਕ ਗਏ ਤੇ ਸਮਝ ਲਓ ਖਤਮ ਕਹਾਣੀ। ਹੁਣ ਆਪਾਂ ਤੁਰ ਪਏ, ਕਾਲਾ ਸਰਪੰਚ ਛੋਟਾ ਵੀ ਬੋਲ ਰਿਹਾ ਸੀ ਵੀ ਜੇ ਆਪਾਂ ਵੋਟਾਂ ਦਿਨਾਂ 'ਚ ਤੁਰੇ ਹੁੰਦੇ ਨਾ ਤੇ ਪੋਲੀਟੀਕਲ ਪਾਰਟੀਆਂ ਨੇ ਤਾਂ ਸਵਾਲ ਕਰਨੇ ਹੀ ਕਰਨੇ ਸੀ ਦੋਸਤੋ, ਪੱਤਰਕਾਰਾਂ ਨੇ ਸੀ ਆਪਣਾ ਖੜਾ ਛੱਡਣਾ ਵੀ ਤਾਂ ਜੀ ਇਹਨਾਂ ਨੇ ਵੋਟਾਂ ਵਟਾਉਣ ਵਾਸਤੇ ਐਵੇਂ ਤੁਰ ਪਏ, ਇਹ ਤਾਂ ਵੋਟਾਂ ਵਟਾਉਣ ਦਾ ਜਰੀਆ। ਮੈਨੂੰ ਯਾਦ ਹੈ ਜਦੋਂ 2016 ਦੇ ਵਿੱਚ ਪਾਣੀਆਂ ਦੀ ਕੀਮਤ ਵਸੂਲੀ ਵਾਸਤੇ ਮੈਂ ਪ੍ਰਾਈਵੇਟ ਬਿੱਲ ਲੈ ਕੇ ਗਿਆ ਵਿਧਾਨ ਸਭਾ ਦੇ ਅੰਦਰ। ਹਰ ਐਮ ਪੀ ਤੇ ਐਮ ਐਲ ਏ ਦਾ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਬਿੱਲ ਮੂਵ ਕਰ ਸਕੇ, ਐਮ ਪੀ ਲੋਕ ਸਭਾ ਦੇ ਤੇ ਐਮ ਐਲ ਏ ਵਿਧਾਨ ਸਭਾ ਦੇ ਅੰਦਰ। ਮੈਨੂੰ ਦੋ ਵਾਰ ਬੜੀ ਬੁਰੀ ਤਰੀਕੇ ਦੇ ਨਾਲ ਅਸੈਂਬਲੀ ਦੇ ਵਿੱਚ ਉਹ ਕੁੱਟਮਾਰ ਬਹਿਣੀ ਹੈ। ਉਹ ਹੁਣ ਦਲਗੀ ਦੀ ਖੇਡ ਆ ਗਈ, ਫੀਤੀਆਂ ਦੀ ਗੇਮ ਆ ਗਈ। ਇਹ ਅੱਜ ਤੱਕ ਤਾਂ ਕੋਈ ਆਜ਼ਾਦੀ ਤੋਂ ਬਾਅਦ ਕਿਸੇ ਐਮ ਐਲ ਏ ਕਿਸੇ ਪਾਰਟੀ ਨੇ ਉਸ ਤੇ ਲੰਬੜਦਾਰ ਪੰਜਾਬ ਦੇ ਆਪਣੇ ਆਪ ਨੂੰ ਬਣਦੇ ਆ ਕਿਸਾਨਾਂ ਦੇ ਹਿਤੈਸ਼ੀ, ਪੰਚ ਦੇ ਹਿਤੈਸ਼ੀ, ਪੰਜਾਬ ਦੇ ਹਿਤੈਸ਼ੀ, ਪੰਜਾਬ ਦੇ ਰਾਖੇ, ਪੰਜਾਬ ਦੇ ਪਾਣੀਆਂ ਦੇ ਰਾਖੇ ਨੇ ਪਾਣੀ ਦੀ ਕੀਮਤ ਵਸੂਲੀ ਦਾ ਬਿੱਲ ਲੈ ਆਇਆ ਵੀ ਕਲਗੀ ਕਿਤੇ ਬਹਿਸ ਦੇ ਨਾ ਲੈ ਇਹ ਫੀਲੀਆਂ ਸਾਡੇ ਲੱਗੀਆਂ। ਉਹ ਤਾਂ ਬੜੀ ਕੁੱਟਮਾਰ ਹੋਈ। ਗੁਰੂ ਦੀ ਕਿਰਪਾ ਤੁਹਾਡੀਆਂ ਦੁਆ ਦਾ ਦ੍ਰਿੜ ਵਿਸ਼ਵਾਸ ਹੈ। ਤੇ 16 ਨਵੰਬਰ 2016 ਦੋ ਵਾਰ ਕੁੱਟਮਾਰ ਕਰਨ ਤੋਂ ਬਾਅਦ ਉਹ ਪ੍ਰਸਤਾਵ ਜਿਹੜਾ ਪਾਣੀਆਂ ਦੇ ਕੀਮਤ ਵਸੂਲੀ ਵਾਸਤੇ ਤੁਹਾਡਾ ਪ੍ਰਬੰਧਨ ਅਧਿਕਾਰ ਹੈ ਉਹ ਅਸੈਂਬਲੀ ਦੇ ਵਿੱਚ ਪਾਸ ਹੋ ਗਿਆ। ਤੇ ਮੈਨੂੰ ਯਾਦ ਹੈ ਪੰਜਾਬੀ ਦਾ ਇੱਕ ਅਖਬਾਰ ਦਾ ਸੰਪਾਦਕੀ ਮੇਰੇ ਕੋਲ ਅੱਜ ਵੀ ਪਿਆ ਪਿਆ ਪੰਜਾਬੀ ਦਾ ਇੱਕ ਅਖਬਾਰ ਜਿਹਦਾ ਸੰਪਾਦਕੀ ਅੱਜ ਵੀ ਮੇਰੇ ਕੋਲ ਪਿਆ, ਮੈਂ ਆਪਣੀ ਫਾਈਲ ਦੇ ਵਿੱਚ ਸਾਂਭ ਕੇ ਰੱਖਿਆ ਪਿਆ। ਉਸ ਅਖਬਾਰ ਦੀ ਸੰਪਾਦਕੀ ਦੇ ਵਿੱਚ ਜਦੋਂ ਮੈਨੂੰ ਕੁੱਟਮਾਰ ਕਰਦੇ ਹੋਏ ਘੜੀਸ ਕੇ ਮਾਰਸ਼ਲ ਅਸੈਂਬਲੀ ਚੋਂ ਬਾਹਰ ਲੈ ਕੇ ਜਾ ਰਹੇ ਸੀ ਉਹ ਫੋਟੋ ਛਾਪੀ ਤੇ ਨਾਲ ਲਿਖਿਆ ਕਿ ਕਹਿੰਦੇ ਜੀ ਇਹ ਵੋਟਾਂ ਦੀ ਰਾਜਨੀਤੀ ਹੋ ਗਈ। ਹੁਣ ਉਹ ਅਖਬਾਰ ਦੇ ਵੈਬ ਚੈਨਲ ਵਾਲੇ ਮੇਰੇ ਕੋਲ ਆ ਜਾਂਦੇ ਆ ਸਪੋਕਸਮੈਨ ਅਖਬਾਰ, ਮੈਂ ਨਾਮ ਵੀ ਤੁਹਾਨੂੰ ਦੱਸ ਦਿੰਦਾ ਤੇ ਮੈਂ ਉਹਨਾਂ ਨੂੰ ਵਾਧਾ ਬਣਾ ਦਿੰਦਾ ਵੀ ਯਾਰ ਤੁਸੀਂ ਮੈਨੂੰ ਗਲਤ ਆ, ਤੁਸੀਂ ਆਪਣੇ ਅਖਬਾਰ ਦੀ ਸੰਪਾਦਕੀ ਦੇ ਵਿੱਚ ਮੇਰੀ ਫੋਟੋ ਛਾਪ ਕੇ ਲਿਆ। ਮੈਨੂੰ ਮੇਰੇ ਦਿਲ ਦਾ ਪਤਾ, ਤੁਹਾਨੂੰ ਆਪਣੀ ਕਰਮ ਦਾ ਪਤਾ। ਤੁਸੀਂ ਆਪਣੇ ਆਪ ਨੂੰ ਪੰਜਾਬ ਦੇ ਸੱਚ ਲਿਖਣ ਵਾਲੇ ਰਖਵਾਲੇ ਪਾਉਂਦੇ ਹੋ, ਮੈਨੂੰ ਆਪਣੇ ਮਨ ਦਾ ਪਤਾ ਤੇ ਤੁਹਾਨੂੰ ਆਪਣੇ ਮਨ ਦਾ ਪਤਾ। ਅੱਜ ਪੰਜਾਬ ਦੇ ਅੰਦਰ ਕਿਸੇ ਪਾਰਟੀ ਦੇ ਲੀਡਰ ਦੇ ਕੋਲ, ਕਿਸੇ ਪੱਤਰਕਾਰ ਦੇ ਕੋਲ ਕੋਈ ਇਸ ਪਾਸੇ ਦਾ ਸਵਾਲ ਨਹੀਂ ਕਿ ਵੋਟਾਂ ਦੀ ਰਾਜਨੀਤੀ।
ਤਾਂ ਹਟ ਕੇ ਤਾਂ ਵੋਟਾਂ ਦੇ ਦਿਨਾਂ 'ਤੇ ਜਿਵੇਂ ਬਰਸਾਤਾਂ ਦੇ ਦਿਨਾਂ 'ਤੇ ਗੱਡੂਆਂ ਦੀ ਟ੍ਰੈਨ ਸੁਣਦੀ ਆ ਅਤੇ ਵੋਟਾਂ ਦੇ ਦਿਨਾਂ 'ਚ ਪੋਲੀਟੀਕਲ ਲੀਡਰ ਇੱਦਾਂ ਦੇ ਇਸ਼ੂ ਟੱਚ ਕਰਦੇ ਹੁੰਦੇ ਆ।